ਗਰਾਇਆ ਜਲੰਧਰ ਹਾਈਵੇ 'ਤੇ ਤੇਜ਼ ਰਫ਼ਤਾਰ ਯੂਨੀਵਰਸਿਟੀ ਦੀ ਬੱਸ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਮੌਕੇ 'ਤੇ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਦੇ ਲਈ ਫਗਵਾੜਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹਨਾਂ ਵਿੱਚੋਂ ਦੋ ਵਿਦਿਆਰਥੀਆਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਦੇ DMC ਰੈਫਰ ਕੀਤਾ ਗਿਆ ਹੈ। ਥਾਣਾ ਮੁਖੀ ਗੁਰਾਇਆ ਦਾ ਕਹਿਣਾ ਹੈ ਕਿ ਇਸ ਹਾਦਸੇ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਚਾਲੀ ਦਾ ਹੋਊਗਾ, ਇੱਕ ਟਰੱਕ ਕਹਾਵਰ ਬਾਈਪਾਸ ਤੋਂ ਪੁਲ ਤੋਂ ਸਾਈਡ 'ਤੇ ਉਹਦੇ ਪੈਂਚਰ ਹੋਇਆ, ਸਾਈਡ 'ਤੇ ਖੜ੍ਹਾ ਸੀ। ਵਿੱਚੋਂ ਇੱਕ GNA ਦੀ ਬੱਸ ਨੰਬਰ PV08 DS 4996, ਜਿਸ ਵਿੱਚ ਸਟੂਡੈਂਟ ਬੈਠੇ ਸਨ ਜੋ ਕਿ ਫਗਵਾੜਾ GNA ਕਾਲਜ ਲਈ ਆ ਰਹੇ ਸੀ, ਉਹ ਵਿੱਚ ਵੱਜਿਆ, ਜਿਸ ਨਾਲ ਉਸ ਵਿੱਚ ਬੈਠੇ ਸਟੂਡੈਂਟ, ਇੱਕ ਟੀਚਰ, ਇੱਕ ਹੋਰ ਬੱਚਿਆਂ ਦਾ ਰਿਸ਼ਤੇਦਾਰ ਡੇਰੀ ਬੈਠੀ ਸੀ, ਉਹਨਾਂ ਦਾ ਵਿੱਚੋਂ 8 ਬੰਦਿਆਂ ਦੇ ਬੱਚਿਆਂ ਦੇ ਕਾਫੀ ਸੱਟਾਂ ਲੱਗੀਆਂ। ਇੱਕ ਬੱਚੇ ਨੂੰ ਤਾਨੀਆ ਸ਼ਿਵਾ ਡਾਕਟਰ ਆਫ ਕੇਸ਼ਪੁਰ, ਪਲਵੀ ਡਾਕਟਰ ਆਫ ਕ੍ਰਿਸ਼ਨ ਕੁਮਾਰ, ਜਿਸ ਨੂੰ DMC ਹਸਪਤਾਲ ਰੈਫਰ ਕੀਤਾ ਗਿਆ। ਇਸੇ ਤਰ੍ਹਾਂ ਰਜਿੰਦਰ ਕੌਰ ਵਾਈਫ ਆਫ ਤਰਸੇਮ ਸਿੰਘ ਨੂੰ ਨਰੂਲਾ ਹੋਸਪਿਟਲ ਕੀਤਾ ਗਿਆ। ਬਾਕੀ ਸਾਰੇ ਬੱਚੇ ਫਗਵਾੜਾ ਗਾਂਧੀ ਹੋਸਪਿਟਲ ਵਿੱਚ ਐਡਮਿਟ ਆ, ਜੋ ਕਿ ਸਾਰੇ ਖਤਰੇ ਤੋਂ ਬਾਅਦ। ਕੀ ਮੌਕੇ 'ਤੇ ਦੇਖ ਕੇ ਲੱਗਦਾ ਵੀ ਕਿਹਦੀ ਗਲਤੀ ਲੱਗਦੀ ਹੈ ਮੌਕੇ 'ਤੇ? ਇਹ ਤਾਂ ਮੌਕੇ 'ਤੇ ਜਾ ਕੇ ਤਫਤੀਸ਼ ਕਰਕੇ ਅੱਗੋਂ ਜਿੱਦਾਂ ਦੀ ਜਿਹਦਾ ਵੀ ਕਸੂਰ ਹੈ ਉਹਦੇ ਖਿਲਾਫ਼ ਕਾਰਵਾਈ ਕਰਕੇ ਆਉਣ ਲੱਗ ਜਾਂਦੀ। ਉੱਧਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬੱਸ ਕਾਫੀ ਤੇਜ਼ ਸੀ, ਜਿਸ ਕਰਕੇ ਇਹ ਹਾਦਸਾ ਹੋਇਆ ਹੈ। ਕੀ ਨਾਮ ਹੈ ਤੁਹਾਡਾ? ਕਿਹੜੀ ਬੱਸ ਸਫ਼ਰ ਕਰ ਰਹੇ ਸੀ ਤੁਸੀਂ? GNA। ਕਿੱਥੇ ਦਾ ਹਾਦਸਾ ਹੋਇਆ? ਹਾਈਵੇ ਦੇ ਉੱਤੇ, ਮਤਲਬ ਬੱਸ ਦੇ ਕੀ ਕੀ ਲੱਗਾ ਤੁਹਾਨੂੰ? ਹਾਦਸੇ ਦਾ ਕਾਰਨ ਕੀ ਸੀ? ਕੀ ਓਵਰ ਸਪੀਡ ਸੀ ਬੱਸ ਜਾਂ? ਕੋਈ ਓਵਰ ਸਪੀਡ ਨਹੀਂ ਸੀਗੀ ਥੋੜੀ। ਕਿੰਨੇ ਸਟੂਡੈਂਟ ਵਿੱਚ ਕਿੰਨੇ ਸਟੂਡੈਂਟ ਸੀ? 9-10 ਸਟੂਡੈਂਟ। ਤੇ ਕਿੰਨੇ ਬੱਚੇ ਨੂੰ ਸੱਟਾਂ ਲੱਗੀਆਂ, ਕਿੰਨੇ ਜ਼ਖਮੀ ਹੋਏ? ਜਦੋਂ ਕਿ ਬੱਸ ਚਾਲਕ ਦਾ ਇਹ ਕਹਿਣਾ ਹੈ ਕਿ ਧੁੰਦ ਕਾਰਨ ਸੜਕ 'ਤੇ ਖੜ੍ਹਾ ਟਰੱਕ ਦਿਖਾਈ ਨਹੀਂ ਦਿੱਤਾ, ਜਿਸ ਕਰਕੇ ਇਹ ਹਾਦਸਾ ਹੋਇਆ ਹੈ। ਐਕਸੀਡੈਂਟ ਭਾਅ ਜੀ ਧੁੰਦ ਪਈ ਹੋ ਸੀਗੀ, ਪਤਾ ਨਹੀਂ ਲੱਗਾ ਜੀ, ਧੁੰਦ ਬਹੁਤ ਸੀ, ਰੋਡ ਦੇ ਵਿਚਾਲੇ ਗੱਡੀ ਖੜ੍ਹੀ ਸੀਗੀ। ਟਰੱਕ ਸੈਂਟਰ ਖੜ੍ਹਾ ਜੀ। ਬਸ ਹੋਰ ਤਾਂ ਨਹੀਂ ਪੁੱਛ ਰਹੀ ਸੀ ਅਸੀਂ। ਸਪੀਡ ਹੋਊਗਾ ਜੀ, ਧੁੰਦ ਪਈ ਹੋ ਭਾਜੀ, ਕਿੱਥੇ ਪਜਾ ਲੈਣੀ ਹੈ ਗੱਡੀ, 40-45 ਸਪੀਡ 'ਤੇ ਹੋਊਗੀ ਜ਼ਿਆਦਾ ਤੋਂ ਜ਼ਿਆਦਾ। ਉਹ ਟਰੱਕ ਜਿੱਦਾਂ ਦੇਖਿਆ ਉਹਦੇ ਐਨ ਸਾਈਡ ਦੇ ਟਾਇਰ ਵੱਟਾ ਉਹਦਾ ਨਾਲ ਲੱਗਾ। ਹਾਂ, ਸਾਈਡ ਤੇ ਵਿਚਾਲੇ ਖੜਾ ਵਾ ਜੀ ਰੋਡ ਦੇ, ਸਾਈਡ ਤੇ ਵੱਜੇ, ਉਹ ਪਿੱਛੋਂ ਆ ਗਏ, ਦੂਜਾ ਬੱਸ ਉਹ ਸੀ ਮਾਰਿਆ ਹੋਇਆ ਵਿੱਚ। ਹਾਂਜੀ, ਉਹਦੀ ਸਪੀਡ ਜੇ ਹਿਸਾਬ ਨਾਲ ਉਹ ਬੱਸ ਪਿੱਛੇ ਨੂੰ ਗਈ, ਉਹਦੀ ਸਪੀਡ ਤਾਂ ਵੱਧ ਜ਼ਿਆਦਾ ਲੱਗਦੀ। ਨਹੀਂ ਭਾਜੀ, ਇੰਨੇ 40-45 ਦੀ ਤਾਂ ਸੀਗੀ ਸਪੀਡ। ਕਿੰਨੇ ਤਿੰਨੇ ਗੱਡੀਆਂ ਨਾਲ ਆ ਰਹੀਆਂ ਜੀ ਇਕੱਠੀਆਂ? ਕਿੰਨੇ ਬੱਚੇ ਸੀਗੇ? ਬੱਚੇ 8 ਸੀਗੇ।